ਹਾਂਜੀ ਬਾਈ ਜੀ ਸਭ ਤੋਂ ਪਹਿਲੇ ਪਿਆਰਪਰੀ ਸਾਸੀ ਇਕਲਜੀ ਤੇ ਸਭ ਤੋਂ ਪਹਿਲੇ ਤਾਂ ਮੈਂ ਕਹੂੰ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਸ਼ੇਅਰ ਕਰਾਉਣ ਦੇ ਪਿੱਛੇ ਬਹੁਤ ਵੱਡਾ ਮੁੱਦਾ ਅੱਜ ਆਪਾਂ ਪਿੰਡ ਆਪਣੇ ਨਾਲ ਲੱਗੋ ਪਿੰਡ ਵੱਡੇ ਘੁੰਮਣ ਦੇ ਵਿੱਚ ਖੜੇ ਆ ਜੋ ਇੱਥੇ ਪਿਛਲੇ ਦਿਨਾਂ ਤੋਂ ਲੈ ਕੇ ਚਿੱਟੇ ਦੇ ਸਬੰਧ ਦੇ ਵਿੱਚ ਜੋ ਨਸ਼ਾ ਕਮੇਟੀ ਬਣੀ ਹੋਈ ਸੀ ਉਹਨਾਂ ਤੇ ਇੱਕ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਸੀ ਜੋ ਚਿੱਟੇ ਦਾ ਸਪਲਾਈਰ ਦਾ ਚਿੱਟਾ ਸਪਲਾਈ ਕਰਦਾ ਪਿੰਡ ਦੇ ਵਿੱਚ ਜਾਂ ਆਸੇ-ਪਾਸੇ ਤੇ ਉਹਦੇ 307 ਲੱਗੀ ਹੋਈ ਸੀ ਤੇ ਪਰ ਪੁਲਿਸ ਪੁਲਿਸ ਪ੍ਰਸ਼ਾਸਨ ਨੇ ਜਾਂ ਐਸਐਸਪੀ ਸਾਹਿਬ ਲਾਲੋ ਡੀਐਸਪੀ ਮਾਉੜ ਐਸਐਚਓ ਮਾਉੜ ਸਾਹਿਬ ਨੇ ਅਜੇ ਤੱਕ ਕੋਈ ਵੀ ਉਹਤੇ ਕਾਰਵਾਈ ਨਹੀਂ ਕੀਤੀ ਤੇ ਉਹ ਕਾਰਵਾਈ ਦੇ ਵਿੱਚ ਅੱਜ ਜਸੂਨ ਇੱਧਰ ਕੈਮਰਾ ਮਾਰ ਕੇ ਦਿਖਾ ਦੇ ਪਿੰਡ ਦੇ ਨੇ ਮੀਟਿੰਗ ਕੀਤੀ ਆ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਬੀਬੀਆਂ ਵੀ ਬੈਠੀਆਂ ਗਈਆਂ ਭੈਣਾਂ ਸਾਰੇ ਨੇ ਇੱਥੇ ਤੇ ਉਹ ਸੰਬੰਧ ਦੇ ਵਿੱਚ ਅੱਜ ਇੱਕ ਨਵਾਂ ਐਲਾਨ ਕਰਨ ਜਾ ਰਹੇ ਆ ਪਿੰਡ ਦੇ ਜਿਹੜੇ ਮੋਤਵਾਰ ਸੱਜਣ ਨੇ ਕਿਸਾਨ ਜੁਨੀਅਨਾਂ ਤੇ ਜਾਂ ਕਮੇਟੀ ਦੇ ਪ੍ਰਧਾਨ ਨੇ ਹਾਂਜੀ ਭਾਈ ਜੀ ਇਸ ਟਾਈਮ ਆਪ ਵੱਡੀ ਘੋਮਣ ਖੜੇ ਸਾਨੂੰ ਸਾਰੇ ਕੋਲ ਪਹਿਲਾਂ ਦੱਸਤਾ ਤੇ ਨਰਦੇਵ ਸਿੰਘ ਖਾਲਸਾ ਜੀ ਪਿੰਡ ਘੁੰਮਣਕਲਾਂ ਦੇ ਜੋ ਕਮੇਟੀ ਚਲਾ ਰਹੇ ਨੇ ਉਹਦੇ ਆਗੂ ਆ ਤੇ ਨਾਲ ਕਿਸਾਨ ਜਥੇਬੰਦੀਆਂ ਖੜੀਆਂ ਜੀ ਕੀ ਤੁਹਾਡਾ ਕੱਲ ਦਾ ਪ੍ਰੋਗਰਾਮ ਕੀ ਹੈ ਜੀ ਸਾਡਾ ਕੱਲ ਦਾ ਪ੍ਰੋਗਰਾਮ ਤਾਂ ਬਈ ਧਰਨੇ ਦਾ ਆ ਮੋੜ ਰੰਪਰੇ ਕੈਂਚੀਆਂ ਦੇ ਧਰਨਾ ਲਾਉਣਾ ਇਹ ਧਰਨਾ ਅਸੀਂ ਪਹਿਲਾਂ ਲਾਇਆ ਸੀਗਾ ਇਹ ਕਾਦੇ ਵਿਸ਼ੇ ਚਲਾ ਰਹੇ ਹੋ ਜੀ ਉਹ ਦੱਸ ਦਿਓ ਮੜਾ ਜੀ ਇਹ ਸਾਡੇ ਪਿੰਡ ਦੀ ਆ ਨਸਾ ਤਸਕਰਾਂ ਉਹਨਾਂ ਨੇ ਕਮੇਟੀ ਤੇ ਹਮਲਾ ਕੀਤਾ ਸੀਗਾ ਉਹ ਤੇ 307 ਦਾ ਪਰਚਾ ਨਾਲ ਚਿੱਟੇ ਦੀਆਂ ਧਰਾਵਾਂ ਵੀ ਆਸਲੇ ਦੀਆਂ ਧਰਾਵਾਂ ਵੀ ਲੱਗੀਆਂ ਹੋਈਆਂ ਪਰ ਉਹਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹਦੇ ਸਬੰਧ ਚ ਅਸੀਂ ਪਹਿਲਾਂ ਡਿਫਟੀ ਦਾ ਉਤਰ ਵੀ ਧਰਨਾ ਲਾਇਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕੋਈ ਰਾਹ ਨਹੀਂ ਪਾਇਆ ਲਾਰਾ ਲਾ ਕੇ ਉਥੋਂ ਉਠਾਤਾ ਉਹਦੇ ਸਬੰਧ ਚ ਹੁਣ ਸਵੇਰੇ ਅਸੀਂ ਦੁਬਾਰੇ ਚੌਂਕ ਜਾਮ ਕਰਨ ਜਾ ਰਹੇ ਹਾਂ ਤੇ ਤੁਹਾਡੇ ਨਾਲ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਤੁਹਾਡਾ ਸਾਥ ਦੇ ਰਹੀਆਂ ਹੈਗੀਆਂ ਕਿਸਾਨ ਯੂਨੀਅਨ ਜਥੇਬੰਦੀਆਂ ਸਾਡੇ ਨਾਲ ਪਿੰਡ ਚ ਛੀ ਜਥੇਬੰਦੀਆਂ ਦੋ ਮਜ਼ਦੂਰਾਂ ਦੀਆਂ ਅੱਛਾ ਚਾਰ ਕਿਸਾਨ ਜਥੇਬੰਦੀਆਂ ਉਗਰਾਹਾ ਲਗਾਉਂਦਾ ਮਾਨਸਾ ਤੇ ਆਪਣੇ ਸਿੱਧੂਪੁਰ ਤੇ ਪੰਜਾਬ ਕਿਸਾਨ ਜੁਨੀਆ ਪੰਜਾਬ ਤੇ ਦੋ ਮਜ਼ਦੂਰਾਂ ਨੇ ਤੇ ਤਾਲੀਆ ਸਾਹਿਬ ਕੋਈ ਦੋ ਸ਼ਬਦ ਜੀ ਕੱਲ੍ਹ ਖਾਤਰ ਦੇਖੋ ਜੀ ਪਹਿਲਾਂ ਤਾਂ ਤਕਰੀਬਨ ਸਾਰੇ ਪੰਜਾਬ ਦੇ ਵਿੱਚ ਪਤਾ ਹੀ ਹੈ ਜੋ ਕਿ ਪੂਰੇ ਪੰਜਾਬ ਦੇ ਵਿੱਚ ਲਹਿਰ ਚੱਲ ਰਹੀ ਹੈ ਨਸ਼ਿਆਂ ਨੂੰ ਲੈ ਕੇ ਸਾਡੇ ਪਿੰਡ ਚੋਂ ਵੀ ਬਹੁਤ ਸੁਣਾ ਤਿਆ ਕੀਤਾ ਹੈ ਨਗਰ ਨੇ ਸਾਰੇ ਤੇ ਨੌਜਵਾਨਾਂ ਨੇ ਸਾਰੇ ਭਰਾਵਾਂ ਨੇ ਰਲ ਕੇ ਵੀ ਪਿੰਡ ਦੇ ਵਿੱਚ ਇੱਕ ਨਸ਼ੇ ਤਸਕਰ ਭਜਾਏ ਜਾਣ ਉਹਦੇ ਸਬੰਧ ਦੇ ਵਿੱਚ ਜਦੋਂ ਨਸ਼ੇ ਤਸਕਰਾਂ ਨੇ ਸਾਡੀਆਂ ਲੋਕਾਂ ਤੇ ਕਮੇਟੀ ਤੇ ਹਮਲਾ ਕੀਤਾ ਉਹਨਾਂ ਦੇ ਪਰਚੇ ਦਰਜ ਕਰਵਾਏ ਉਸ ਤੋਂ ਬਾਅਦ ਲਗਾਤਾਰ ਐਸਐਸਓ ਸਾਹਿਬ ਨੂੰ ਮਿਲੇ ਡਿਪਟੀ ਸਾਹਿਬ ਨੂੰ ਮਿਲੇ ਡਿਪਟੀ ਸਾਹਿਬ ਦੇ ਉਹਦਣਾ ਇੱਕ ਦਿਨ ਦਾ ਧਰਨਾ ਵੀ ਲੱਗਿਆ ਉਸ ਤੋਂ ਬਾਅਦ ਜਦੋਂ ਡਿਪਟੀ ਸਾਹਿਬ ਅੰਦਰ ਨਹੀਂ ਨਿਕਲੇ ਤਾਂ ਲੋਕਾਂ ਨੂੰ ਮਜਬੂਰੀ ਦੇ ਕਾਰਨ ਰੋਡ ਦੇ ਉੱਤੇ ਚੌਕ ਜਾਮ ਕਰਨਾ ਪਿਆ ਉਸ ਚੌਕ ਦੇ ਜਦੋਂ ਜਾਮ ਕੀਤਾ ਸੀ ਸਾਡੇ ਐਸਐਸਪੀ ਸੰਗਾ ਸਾਹਿਬ ਜੋ ਕਿ ਜ਼ਿਲ੍ਹੇ ਦੀ ਡਿਊਟੀ ਹੈ ਜਿਨ੍ਹਾਂ ਕੋਲੇ ਉਹ ਬਹੁਤ ਵੱਡਾ ਵਿਸ਼ਵਾਸ ਦੇ ਕੇ ਗਏ ਸੀ ਵੀ ਸਾਨੂੰ 5-4 ਦਿਨਾਂ ਦਾ ਟਾਈਮ ਦੇ ਦਿਓ ਵੀ ਗੱਲ ਕੋਈ ਬਾਲੀ ਵੱਡੀ ਨਹੀਂ ਹਾਲਾਂਕਿ ਉਹਨੂੰ ਕਿਹਾ ਸੀ ਵੀ ਐਸਐਸਪੀ ਸਾਹਿਬ ਠੀਕ ਹੈ ਗੱਲ ਵੱਡੀ ਨਹੀਂ ਤੇ ਗੱਲ ਤੁਸੀਂ ਵੱਡੀ ਬਣਾਓਗੇ ਤੇ ਉਹ ਲਗਾਤਾਰ رابطہ ਵੀ ਰੱਖਿਆ ਉਸ ਤੋਂ ਬਾਅਦ ਡਿਪਟੀ ਸਾਹਿਬ ਨਾਲ ਦੁਬਾਰੇ ਵੀ ਮੀਟਿੰਗ ਹੋਈ ਹੈ ਸਾਰੇ ਨਗਰ ਵੱਲੋਂ ਸਾਰੀਆਂ ਜੱਸੇ ਬੰਦੀਆਂ ਗਈਆਂ ਦੋ ਵਾਰੀ ਡੈਪੂਟੇਸ਼ਨ ਤੇ ਵੀ ਮਿਲੇ ਆਂ ਜਿਨੇ ਵਿੱਚ ਬਸ ਉਹੀ ਕਹੀ ਕੋਹਾੜਾ ਫੜ ਲਾਂਗੇ ਜੀ ਸਾਨੂੰ ਨੰਬਰ ਦੇ ਦਿਓ ਸਾਨੂੰ ਐਂ ਦੱਸ ਦਿਓ ਕਿੱਥੇ ਨੇ ਹਾਲਾਂਕਿ ਅਸੀਂ ਉਹਨਾਂ ਨੂੰ ਕਿਹਾ ਵੀ ਜੇ ਤੂੰ ਟੋਡੇ ਕੋਲੇ ਬਹੁਤ ਤਾਣਾ ਮਾਰਿਆ ਜੀ ਤੁਸੀਂ ਆਪ ਦੇ ਹਿਸਾਬ ਨਾਲ ਸਾਰਾ ਕੁਝ ਕਰ ਸਕਦੇ ਹੋ ਤੇ ਸਾਨੂੰ ਨਹੀਂ ਲੱਗਿਆ ਵੀ ਪ੍ਰਸ਼ਾਸਨ ਦੇ ਰੌ ਇਰਾਦੇ ਨੇ ਵੀ ਦੋਸਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਹਾਲਾਂਕਿ ਉਹ ਚਾਹੁੰਦੇ ਨੇ ਵੀ ਪਿੰਡ ਦੇ ਵਿੱਚ ਉਹਨਾਂ ਦੇ ਹੈ ਐਡੇ ਹੌਸਲੇ ਬੁਲੰਦ ਹੋਣ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਨਸ਼ਾ ਤਸਕਰ ਜਿੱਦਾਂ ਦਾ ਵੀ ਕੋਈ ਨਸ਼ਾ ਵੇਚੇ ਤੇ ਉਹਨਾਂ ਨੂੰ ਹੌਸਲੇ ਬੁਲੰਦ ਕਰਨ ਤੇ ਲੱਗੇ ਹੋਏ ਪੁਲਿਸ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਅਸੀਂ ਜੋ ਪ੍ਰੋਗਰਾਮ ਲਿਖਿਆ ਸਾਰੇ ਨਗਰ ਦੀ ਸਹਿਮਤੀ ਨਾਲ ਸਾਰੀਆਂ ਜਥੇਬੰਦੀਆਂ ਵੱਲੋਂ ਜੋ ਰੋਡ ਦੇ ਉੱਤੇ ਮੋਰਚਾ ਲਾਉਣ ਦਾ ਅਣਫਸਾਤੇ ਟਾਈਮ ਲਈ ਤੇ ਅਸੀਂ ਜਿੰਨਾ ਵੀ ਸਾਡੇ ਕੋਲੇ ਜੋਰ ਲੱਗਿਆ ਨਗਰ ਵੱਲੋਂ ਅਸੀਂ ਲਾਵਾਂਗੇ ਅਸੀਂ ਇਸ ਗੱਲ ਤੇ ਇਸ মিডিਆ ਰਾਹੀਂ ਪ੍ਰਸ਼ਾਸਨ ਨੂੰ ਬੇਨਤੀ ਵੀ ਕਰਦੇ ਆ ਤੇ ਚੇਤਾਵਨੀ ਵੀ ਦਿੰਦੇ ਆ ਉਹ ਕਰ ਲਿਆ ਆਪਦਾ ਜੋ ਤਾਣਾ ਮਾਣਾ ਕਰਨਾ ਹੈ ਰਾਤ ਉਹਨਾਂ ਕੋਲ ਸਾਰੀ ਪਈ ਹੈ ਕਿਤੇ ਭਲੇਖੇ ਚ ਨਾ ਰਹਿ ਜੇ ਸਰਕਾਰ ਜਾਂ ਪ੍ਰਸ਼ਾਸਨ ਕਿਉਂਕਿ ਜਿਹੜੇ ਲੋਕਾਂ ਦੇ ਰੌ ਰੱਦਦੇ ਆ ਹਮੇਸ਼ਾ ਲੋਕ ਜਿੱਤਦੇ ਹੁੰਦੇ ਆ ਸਰਕਾਰਾਂ ਹਾਰਦੀਆਂ ਹੁੰਦੀਆਂ ਜਦੋਂ ਲੋਕ ਖੜਦੇ ਆ ਹਮੇਸ਼ਾ ਇਹਨਾਂ ਨੂੰ ਝੁਕਣਾ ਪੈਂਦਾ ਹੁੰਦਾ ਲੋਕ ਇੱਕ ਤਾਂ ਜਿੰਦਾਬਾਦ ਸਲਾਮ ਸਲਾਮ ਜਿੰਦਾਬਾਦ ਤੇ ਇਹੀ ਬੇਨਤੀਆਂ ਮੇਰੇ ਭਰਾ ਕਬੂਲ ਕਰਿਓ ਵੀ ਕੱਲ ਨੂੰ ਮਾਉੜ ਰਾਮਪਰਾ ਕੈਂਸੀਆਂ ਜਿਉਂ ਉੱਥੇ ਧਰਨਾ ਦਿੱਤਾ ਜਾਊਗਾ ਸਵੇਰੇ 9:00 ਵਜੇ ਦਾ ਟਾਈਮ ਆ ਤੇ ਮੇਰੇ ਭਰਾ ਜਿੰਨੇ ਵੀ ਪਹੁੰਚ ਸਕਦੇ ਹੋ ਵੱਧ ਤੋਂ ਵੱਧ ਪਹੁੰਚਿਓ ਤੇ ਵੀਡੀਓ ਵੀ ਸ਼ੇਅਰ ਕਰੋ ਕਿਉਂਕਿ ਜੋ ਪਿੰਡ ਵਾਲਿਆਂ ਦੀ ਸਮੱਸਿਆ ਉਹ ਵੇਖੀ ਜਾਵੇ ਧੰਨਵਾਦ ਠੀਕ ਹੈ